एक बार यार वाली वीडियो देखियो। एक्सट्रीम 125 में आपको एबीएस भी मिल जाता है, लेकिन रेडर में आपको मिलता है सिंक ब्रेकिंग सिस्टम। देख लिया हुण तुसी रियलिटी ते आ जाओ। हां जी गाइस, की हाल चाल, वेलकम बैक टू दी चैनल। आई होप तुसारे कैंट होंगे जी, आपां बहुत वधिया वा। हले गाइस, टाइम हो रहा वा सवेर दे 7 बज रहे बज गए। सो गाइस, हुणे ना मैं बाइक धो के आया वा, हुणे राइडर में हाला देख सकदे हो, हुणे मैं धो के आया। सो गाइस, अज दी वीडियो दे तुसी थंबनेल दे टाइटल तो देख के तुसी पता कर ही लेणा वा, अज अपना हैगी जी टीवीएस दी राइडर। कई बंदे कहंदे ने वी इहदे विच एबीएस नहीं आंदा, मैं कहना इहदे विच एबीएस आंदा वा। हालांकि गूगल भी कहंदा वा नो टीवीएस राइडर कुड नॉट हैव एबीएस। तो गाइस, सब तो पहले तुसी आ देखो, ऑन किया आ देखो, एबीएस लिखा ना इत्थे एबीएस, ठीक है जी। एबीएस इहदे विच हैगा, एबीएस दा सब तो पहले तुसी मतलब सुन लो यार, एबीएस दा मतलब हुंदा की आ। एबीएस दा मतलब हुंदा वा एंटी लॉक ब्रेकिंग सिस्टम, भी जिहड़ा आपां कई ब्रेक्स हुंदी आपां ब्रेक्स लगा दिंदे आ, एकदम टायर स्लिप हुंदा, बंदा गिर जांदा वा, ਉਹ ਟਾਇਰ ਨੂੰ ਇੱਕਦਮ ਲੌਕ ਕਰ ਦਿੰਦੀਆਂ ਨੇ। ਆਹ ਹੈਗਾ ਐਂਟੀ ਲੌਕ ਬ੍ਰੇਕਿੰਗ, ਮਤਲਬ ਲੌਕ ਦਾ ਐਂਟੀ ਹੈ, ਲੌਕ ਨਹੀਂ ਕਰਦਾ ਹੈਗਾ। ਇੱਕਦਮ ਆਹ ਦੇਖ ਸਕਦੇ ਹੋ ਕਿੱਡੀ ਪਿਆਰੀ ਲੁੱਕ ਆਈ ਆ ਬਾਈਕ ਦੀ ਯਾਰ। ਸੋ ਪੁਲਿਸ ਪੁਲਿਸ ਮਾਰ ਕੇ ਮੈਂ ਲਿਆਇਆ ਵਾ ਇਹਨੂੰ। ਸੋ ਹੁਣ ਯਾਰ ਆਪਾਂ ਇੱਕ ਵਾਰੀ ਇਹਦੀ ਰਾਈਡ ਕਰਕੇ ਆਉਂਦੇ ਹਾਂ। ਗਾਇਸ, ਨਿਕਲ ਚੁੱਕੇ ਹਾਂ ਜੀ। ਆਏ ਹਾਏ, ਸਪੀਡ ਬ੍ਰੇਕਰ ਆ ਗਿਆ, ਸਪੀਡ ਬ੍ਰੇਕਰ ਆ ਗਿਆ, ਸਪੀਡ ਬ੍ਰੇਕਰ ਆ ਗਿਆ। ਓਏ ਓਏ, ਗਾਇਸ ਹੁਣੇ ਨਾ ਮੈਂ ਬਾਈਕ ਧੋ ਕੇ ਆਇਆ, ਅਤੇ ਇਧਰਲੀ ਸਾਈਡ ਨਾ ਦੇਖੋ ਪਾਣੀ ਦੇ ਪਾਣੀ ਪਾਣੀ ਹੋ ਗਿਆ, ਦੇਖੋ ਇੱਥੇ ਆ ਪਾਣੀ ਆ ਗਿਆ, ਇਧਰਲੀ ਸਾਈਡ ਦੇਖ ਸਕਦੇ ਹੋ ਆ ਪਾਣੀ ਪਾਣੀ ਇਹਦੇ ਵਿੱਚ ਭਰ ਗਿਆ। ਅਤੇ ਹਾਂਜੀ ਗਾਇਸ, ਹੁਣ ਗੱਲ ਕਰ ਲਈਏ ਮਾੜੀ ਮੋਟੀ ਇਹਦੀ ਐਵਰੇਜ ਦੀ। ਇਹ ਆਪਣੇ 125 ਸੀਸੀ ਦੀ ਸੈਗਮੈਂਟ ਦੇ ਵਿੱਚ ਸਭ ਤੋਂ ਵੱਧ ਐਵਰੇਜ ਦੇਣ ਵਾਲੀ ਬਾਈਕ ਹੈ। ਕੰਪਨੀ 65 ਦਾ ਕਲੇਮ ਕਰ ਰਹੀ ਹੈ, ਆਪਾਂ ਨੂੰ 56-57 ਦੀ ਦੇ ਰਹੀ ਆ, ਵਿਦ ਟੈਸਟ ਆਪਾਂ ਟੈਸਟ ਕੀਤਾ ਹੋਇਆ ਵਾ। ਅਤੇ ਇਹਦੇ ਵਿੱਚ ਇੱਕ ਆਟੋ ਸਟਾਰਟ ਦਾ ਵੀ ਹੈ, ਜੇ ਆਪਾਂ ਇੱਕ ਵਾਰੀ ਆਪਾਂ ਚਲੇ ਗਏ ਹੁਣ ਰਸਤੇ ਵਿੱਚ ਕੋਈ ਟ੍ਰੈਫਿਕ ਲਾਈਟ ਆ ਗਈ, ਆਪਾਂ 2 ਮਿੰਟ ਰੋਕ ਲਈਏ ਤਾਂ 60 ਸੈਕਿੰਡ ਬਾਅਦ ਆਪੇ ਬੰਦ ਹੋ ਜਾਂਦੀ ਹੈ। ਸੋ ਆਪਾਂ ਉਸ ਹੌਲੀ ਰੇਸ ਦਿਓ, ਸੋ ਤਾਂ ਸਟਾਰਟ ਹੋ ਜਾਂਦੀ ਹੈ। ਸੋ ਇੱਕ ਵਾਰ ਯਾਰ ਬਾਈਕ ਦੀ ਲੁੱਕ ਚੈੱਕ ਕਰੋ ਯਾਰ, ਮਜ਼ਾ ਆਉਂਦੇ ਗਾ। ਆਪਾਂ ਹੁਣ ਇਹਦੇ ਉੱਤੇ ਨਾ ਥੋੜ੍ਹੀ ਬਹੁਤੀ ਮੋਡੀਫਿਕੇਸ਼ਨ ਟਾਈਪ ਕਰਦੇ ਹਾਂ। ਇਹਦੇ ਉੱਤੇ ਨਾ ਆਪਾਂ 2 ਸਟਿੱਕਰ ਲਾਉਣੇ ਆ, ਇੱਕ ਲੱਗੂਗਾ ਇੱਥੇ, ਇੱਕ ਲੱਗੂਗਾ ਇਹਦੀ ਨੰਬਰ ਪਲੇਟ ਦੇ ਥੱਲੇ ਇੱਥੇ। ਸੋ ਚਲੋ ਵਿਦਾਂ ਕਿਸੇ ਦਿਨ ਨਾਲ ਵੀਡੀਓ ਨੂੰ ਕਰਦੇ ਹਾਂ ਸਟਾਰਟ। ਗਾਇਸ, ਆਹ ਸੀਗੇ ਉਹ 2 ਸਟਿੱਕਰਸ ਜਿਹੜੇ ਲੱਗਣਗੇ। ਆਹ ਜਿਹੜਾ ਲਾਇਨ ਵਾਲਾ ਵਾ, ਆਹ ਲੱਗੂਗਾ ਇੱਥੇ, ਅਤੇ ਆਪਣਾ ਬਾਈ ਜਿਹੜਾ ਸਿੱਧੂ ਮੂਸੇ ਵਾਲਾ ਵਾ ਇਹ ਲੱਗੂਗਾ ਬੈਕ 'ਤੇ। ਸੋ ਚਲੋ ਗਾਇਸ, ਮੈਂ ਲਾ ਕੇ ਤੁਹਾਨੂੰ ਮਿਲਦਾ। ਗਾਇਸ, ਆਹ ਵਾਲਾ ਲਾਤਾ ਵਾ, ਹੁਣ ਆਪਾਂ ਲਾਉਂਦੇ ਹਾਂ ਹਾਲਾ ਇਹ ਨੰਬਰ ਪਲੇਟ ਦੇ ਥੱਲੇ। ਅੱਜ ਇੱਕ ਦਿੱਕਤ ਹੋ ਗਈ ਯਾਰ, ਜਿਹੜਾ ਆਹ ਸਟਿੱਕਰ ਹੈ ਨਾ ਇਹਦੇ ਯਾਰ ਥੱਲੇ, ਆਹ ਦੇਖ ਸਕਦੇ ਹੋ ਆਹ ਚੀਜ਼ ਹੋ ਗਈ, ਪਤਾ ਨਹੀਂ ਯਾਰ ਮੈਨੂੰ ਲਾਈ ਜਾਂਦਾ ਲੱਗ ਹੀ ਨਹੀਂ ਰਿਹਾ। ਆਹ ਦੇਖੋ, ਹੁਣ ਲੱਗ ਗਿਆ, ਜਦੋਂ ਮੈਂ ਚਲਾਊਂਗਾ ਉਦੋਂ ਇਹਨੇ ਹਟ ਜਾਣਾ ਵਾ, ਫਿਰ ਆਪੇ ਆਟੋਮੈਟਿਕਲੀ ਹਟ ਜਾਣਾ ਇਹਨੇ ਯਾਰ। ਅਤੇ ਹਾਂਜੀ ਗਾਇਸ, ਆ ਸੀਗੀ ਆਪਣੀ ਇੱਕ ਛੋਟੀ ਜਿਹੀ ਵੀਡੀਓ, ਉਮੀਦ ਕਰਦਾ ਤੁਹਾਨੂੰ ਸਾਨੂੰ ਵਧੀਆ ਲੱਗੀ ਹੋਣੀ ਆ। ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ। ਥੈਂਕ ਯੂ ਸੋ ਮਚ ਵਾਚਿੰਗ ਗਾਇਸ, ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ, ਉਹਦੇ ਲਈ ਗੁੱਡ ਬਾਏ।